ਕੌਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮਾਨੈ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਂਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੈ ਨਿਆਰੋ ਨਾਹੇ ਮਾਣ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤਿਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਕੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਗੁਰ ਕਿਰਪਾ ਜੇ ਨਰ ਕੋ ਕੀਨੀ ਤਿਹ ਕੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਤ ਜੀਓ ਇਹ ਸ਼ਬਦ ਜਿਸ ਦੀ ਅੱਜ ਆਪਾਂ ਵਿਚਾਰ ਕਰਨੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉਚਾਰਿਆ ਹੈ ਅਤੇ ਸੋਰਠ ਰਾਗ ਦੇ ਵਿੱਚ ਦਰਜ ਹੈ। ਇਸ ਸ਼ਬਦ ਵਿੱਚ ਸਤਿਗੁਰੂ ਜੀ ਇਹ ਦੱਸਦੇ ਹੈ ਇੱਕ ਇਨਸਾਨ ਸੁਖੀ ਕਿਵੇਂ ਰਹਿ ਸਕਦਾ ਹੈ, ਇੱਕ ਇਨਸਾਨ ਆਪਣੇ ਜੀਵਨ ਨੂੰ ਦੁੱਖਾਂ ਤੋਂ ਉੱਪਰ ਕਿਵੇਂ ਉਠਾ ਸਕਦਾ ਹੈ, ਇੱਕ ਇਨਸਾਨ ਕਿਸ ਤਰ੍ਹਾਂ ਆਨੰਦਿਤ ਰਹਿ ਸਕਦਾ ਹੈ, ਕਿਉਂਕਿ ਇਸ ਦੁਨੀਆਂ 'ਤੇ ਸਾਰੇ ਸੁੱਖ ਚਾਹੁੰਦੇ ਹੈ। ਮਨੁੱਖਾਂ ਦੀ ਗੱਲ ਛੱਡੀ ਜਾਏ ਤਾਂ ਕਹਿਣਾ ਪੈਂਦਾ ਹੈ ਪਸ਼ੂ ਵੀ ਸੁੱਖ ਚਾਹੁੰਦੇ ਹੈ, ਪਕਸ਼ੀ ਵੀ ਸੁੱਖ ਚਾਹੁੰਦੇ ਹੈ। ਔਰ ਸੁੱਖ ਦੋ ਤਰ੍ਹਾਂ ਦੇ ਹੈ, ਇੱਕ ਸੁੱਖ ਤਨ ਦੇ ਹੈ, ਦੂਸਰੇ ਸੁੱਖ ਮਨ ਦੇ ਹੈ। ਤਨ ਦੇ ਸੁੱਖ ਸਦਾ ਨਹੀਂ ਰਹਿੰਦੇ, ਅੱਜ ਸੁੱਖ ਹੈ ਕੱਲ੍ਹ ਨੂੰ ਦੁੱਖ ਹੋਵੇਗਾ। ਇਹ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਅਸੀਂ ਕਹਿ ਲਈਏ ਰਾਤ ਦੇ ਦਿਨ, ਹੁਣ ਕੋਈ ਬੰਦਾ ਕਹੇ ਸਦਾ ਦਿਨ ਹੀ ਚੜਿਆ ਰਹੇ, ਨਹੀਂ ਸੰਭਵ, ਕਦੇ ਰਾਤ ਪੈਣੀ ਹੀ ਪੈਣੀ ਹੈ। ਔਰ ਜੇਕਰ ਰਾਤ ਪਈ ਹੈ ਇਸਦਾ ਮਤਲਬ ਇਹ ਨਹੀਂ ਕਿ ਹੁਣ ਕਿਤੇ ਦਿਨ ਚੜ੍ਹਨਾ ਹੀ ਨਹੀਂ ਹੈ। ਜੇ ਅੱਜ ਰਾਤ ਪਈ ਹੈ ਕੱਲ੍ਹ ਨੂੰ ਦਿਨ ਵੀ ਚੜ੍ਹਨਾ ਹੈ, ਅੱਜ ਦਿਨ ਚੜ੍ਹਿਆ ਹੈ ਤੇ ਸ਼ਾਮ ਤੱਕ ਰਾਤ ਵੀ ਪੈ ਜਾਣੀ ਹੈ। ਅੱਜ ਜੇਕਰ ਮੈਨੂੰ ਹੁਣ ਮੈਂ ਭੋਜਨ ਖਾ ਲਿਆ ਹੈ ਮੈਨੂੰ ਭੁੱਖ ਵੀ ਲੱਗਣੀ ਹੈ,
ਔਰ ਜੇਕਰ ਭੁੱਖ ਲੱਗੀ ਹੈ ਤੇ ਪਰਮਾਤਮਾ ਨੇ ਭੋਜਨ ਵੀ ਕਿਤਿਓਂ ਦੇ ਦੇਣਾ ਹੈ। ਫਿਰ ਮੈਂ ਕਹਿ ਦੇਵਾਂ ਨਾ ਇਹ ਤਨ ਸਥਿਰ ਹੈ ਨਾ ਹੀ ਤਨ ਦੇ ਸੁੱਖ ਤੇ ਦੁੱਖ ਸਥਿਰ ਨੇ। ਇਹ ਤਨ ਵੀ ਬਦਲਦਾ ਹੈ। ਕਦੇ ਇਹ ਤਨ ਜੇ ਅੱਜ ਬੱਚਾ ਹੈ ਤੇ ਬੱਚੇ ਨੇ ਕੱਲ ਨੂੰ ਜਵਾਨ ਹੋਣਾ ਹੀ ਹੋਣਾ ਹੈ। ਅੱਜ ਜੋ ਜਵਾਨ ਹੈ ਇਸਨੇ ਕੱਲ ਨੂੰ ਬੁੱਢੇ ਹੋਣਾ ਹੀ ਹੋਣਾ ਹੈ। ਜੋ ਅੱਜ ਬੁੱਢਾ ਹੈ ਇਸਨੇ ਮਰਨਾ ਹੀ ਮਰਨਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਤਨ ਸਥਿਰ ਨਹੀਂ ਹੈ। ਔਰ ਜੇਕਰ ਤਨ ਸਥਿਰ ਨਹੀਂ ਹੈ ਤਨ ਦੇ ਯਾਦ ਰੱਖਣਾ ਫਿਰ ਨਾ ਸੁੱਖ ਸਥਿਰ ਹੈ ਨਾ ਦੁੱਖ ਸਥਿਰ ਹੈ। ਇਹ ਦੋਨੋਂ ਆਉਣ ਜਾਣ ਵਾਲੇ ਅੱਜ ਵੀ ਆਏ ਕੱਲ ਵੀ ਆਏ। ਗੱਲ ਤੇ ਇਹ ਹੈ ਜਦੋਂ ਤਨ ਦੇ ਦੁੱਖ ਤਨ ਦੀਆਂ ਲੋੜਾਂ ਨੂੰ ਅਸੀਂ ਮਨ ਦੀਆਂ ਲੋੜਾਂ ਸਮਝ ਲੈਂਦੇ ਹਾਂ ਉਦੋਂ ਬੜੀ ਵੱਡੀ ਮੁਸ਼ਕਲ ਪੈਦਾ ਹੁੰਦੀ ਹੈ। ਤਨ ਦੀਆਂ ਲੋੜਾਂ ਤਨ ਤੱਕ ਸੀਮਤ ਰਹਿਣ ਮੁਬਾਰਕ ਹੈ। ਤਨ ਨੂੰ ਕੱਪੜਾ ਚਾਹੀਦਾ ਹੈ। ਔਰ ਜੇਕਰ ਕੋਈ ਮਨੁੱਖ ਆਪਣੇ ਤਨ ਦੀ ਲੋੜ ਮੁਤਾਬਕ ਕੱਪੜਾ ਲੈ ਰਿਹਾ ਹੈ ਇਹ ਤਾਂ ਮੁਬਾਰਕ ਹੈ। ਪਰ ਜਦੋਂ ਤਨ ਦੀ ਲੋੜ ਮਨ ਦੀ ਲੋੜ ਬਣ ਜਾਂਦੀ ਹੈ ਫਿਰ ਮੁਸ਼ਕਲ ਖੜੀ ਹੋ ਜਾਂਦੀ ਹੈ। ਕਿਉਂਕਿ ਮਨ ਫਿਰ ਪਦਾਰਥਾਂ ਦੇ ਵਿੱਚ ਡੁੱਬ ਜਾਂਦਾ ਹੈ। ਹੋਰ ਪਦਾਰਥ ਚਾਹੀਦੇ ਹੈ ਹੋਰ ਚਾਹੀਦੇ ਹੈ ਹੋਰ ਚਾਹੀਦੇ ਹੈ। ਇਸ ਨੂੰ ਗੁਰਬਾਣੀ ਨੇ ਐਵੇਂ ਵੀ ਕਿਹਾ ਹੈ ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ ਰੇ ਜਿਉਂ ਜਿਉਂ ਜੋੜ ਹੈ ਲੱਖ ਕਰੋੜ ਹੈ ਪਰੈ ਪਰੈ ਹੀ ਦੂਜੀ। ਤਨ ਦੀ ਲੋੜ ਜਦੋਂ ਤੱਕ ਤਨ ਦੀ ਲੋੜ ਰਹਿੰਦੀ ਹੈ ਉਦੋਂ ਤੱਕ ਤ੍ਰਿਸ਼ਨਾ ਨਹੀਂ ਹੈ ਉਦੋਂ ਤੱਕ ਲਾਲਚ ਨਹੀਂ ਹੈ। ਤਨ ਨੂੰ ਚਾਰ ਰੋਟੀਆਂ ਚਾਹੀਦੀਆਂ ਹੈ। ਚਾਰ ਰੋਟੀਆਂ ਕਿਸੇ ਨੂੰ ਖਾਣ ਲਈ ਮਿਲ ਰਹੀਆਂ ਇਹ ਤ੍ਰਿਸ਼ਨਾ ਨਹੀਂ ਹੈ ਇਹ ਲਾਲਚ ਨਹੀਂ ਹੈ। ਚਾਹੀਦੀਆਂ ਚਾਰ ਰੋਟੀਆਂ। ਔਰ ਇਹਦਾ ਤੇ ਜ਼ਿਕਰ ਗੁਰਬਾਣੀ ਨੇ ਵੀ ਕੀਤਾ ਪਰਮਾਤਮਾ ਤੋਂ ਭਗਤਾਂ ਵੀ ਮੰਗਿਆ ਸਾਨੂੰ ਚਾਹੀਦਾ ਹੈ ਦਓ। ਮੈਂ ਗੁਰਬਾਣੀ ਚ ਵੀ ਸ਼ਬਦ ਆਪ ਜੀ ਦੇ ਅੱਗੇ ਰੱਖਾਂ ਦਾਲ ਸੀਂਦਾ ਮੰਗੈ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ। ਐ ਪਰਮਾਤਮਾ ਮੈਨੂੰ ਇਸ ਤਨ ਦੀ ਪੂਰਤੀ ਲਈ ਰੋਟੀ ਚਾਹੀਦੀ ਹੈ ਦਾਲ ਚਾਹੀਦੀ ਹੈ ਆਟਾ ਚਾਹੀਦਾ ਹੈ ਘਿਓ ਚਾਹੀਦਾ ਹੈ। ਦਾਲ ਸੀਂਦਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਣੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਖਾ ਗਊ ਭੈਸ ਮੰਗੋ ਲਵੇਰੀ ਇੱਕ ਤਾਜ਼ਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਤੰਨਾ ਦੇਵੈ ਲੇਵੈ ਮੰਗੀ। ਮੈਂ ਨਾਹੀ ਕੀਤਾ ਲੱਭੋ ਹੁਣ ਤੰਨਾ ਜੀ ਇਤਨਾ ਕੁਛ ਮੰਗ ਕੇ ਕਹਿੰਦੇ ਹੈ ਇਹਦੇ ਵਿੱਚ ਮੈਂ ਕੋਈ ਲੱਭ ਨਹੀਂ ਕੀਤਾ ਕੋਈ ਲੋਭ ਨਹੀਂ ਕੀਤਾ ਕੋਈ ਲਾਲਚ ਨਹੀਂ ਕੀਤਾ। ਇਹ ਚੀਜ਼ਾਂ ਮੇਰੇ ਤਨ ਦੀ ਜ਼ਰੂਰਤ ਹੈ ਪਰਮਾਤਮਾ ਮੈਨੂੰ ਚਾਹੀਦੀਆਂ। ਤਨ ਦੀ ਜ਼ਰੂਰਤ ਜਦੋਂ ਤੱਕ ਤਨ ਦੀ ਜ਼ਰੂਰਤ ਹੈ ਉਦੋਂ ਤੱਕ ਸਮਝ ਲੈਣਾ ਬੇੜੀ ਪਾਣੀ ਵਿੱਚ ਤੈਰ ਰਹੀ ਹੈ।
ਬੇੜੀ ਪਾਣੀ ਵਿੱਚ ਤੈਰੇ ਮੁਬਾਰਕ ਹੈ, ਪਰ ਜੇ ਕਿਤੇ ਪਾਣੀ ਬੇੜੀ ਵਿੱਚ ਆ ਜਾਵੇ ਉਹ ਪਾਣੀ ਬੇੜੀ ਨੂੰ ਡਬੋ ਦਿੰਦਾ ਹੈ। ਜਦੋਂ ਤੱਕ ਤਨ ਦੀਆਂ ਲੋੜਾਂ ਤਨ ਤੱਕ ਸੀਮਤ ਹੈ ਮੁਬਾਰਕ ਹੈ, ਉਦੋਂ ਤੱਕ ਮਨੁੱਖ ਦੁਖੀ ਨਹੀਂ ਹੈ, ਉਹਨੂੰ ਤਨ ਦੀਆਂ ਲੋੜਾਂ ਚਾਹੀਦੀਆਂ। ਇਸ ਤਨ ਨੂੰ ਭੋਜਨ ਚਾਹੀਦਾ ਹੈ, ਇਸ ਤਨ ਨੂੰ ਕੱਪੜਾ ਚਾਹੀਦਾ ਹੈ, ਇਸ ਤਨ ਨੂੰ ਰਹਿਣ ਲਈ ਘਰ ਚਾਹੀਦਾ ਹੈ ਮੁਬਾਰਕ ਹੈ। ਪਰੰਤੂ ਜਦੋਂ ਤਨ ਦੀਆਂ ਲੋੜਾਂ ਮਨ ਤੇ ਚਲੇ ਜਾਣ, ਮੈਨੂੰ ਤੇ ਕੱਪੜਾ ਚਾਹੀਦਾ ਹੈ, ਉਹ ਚਾਹੀਦਾ ਹੈ ਜਿਹੜਾ ਮੇਰੇ ਮਨ ਨੂੰ ਚੰਗਾ ਲੱਗਦਾ ਹੈ। ਘਰ ਤੇ ਮੇਰੇ ਕੋਲ ਹੈ, ਪਰ ਹੁਣ ਇਹ ਘਰ ਮੇਰੇ ਮਨ ਨੂੰ ਚੰਗਾ ਨਹੀਂ ਲੱਗਦਾ, ਹੁਣ ਤੇ ਚੰਡੀਗੜ੍ਹ ਦੀ ਵੱਡੀ ਕੋਠੀ ਚਾਹੀਦੀ ਹੈ। ਕਾਰ ਤਾਂ ਮੇਰੇ ਕੋਲ ਹੈ, ਇਹ ਛੋਟੀ ਕਾਰ ਹੈ, ਦੂਜਿਆਂ ਦੀਆਂ ਵੱਡੀਆਂ ਕਾਰਾਂ 'ਚ ਜਾਂਦੀ ਚੰਗੀ ਨਹੀਂ ਲੱਗਦੀ, ਹੁਣ ਤੇ ਉਹ ਕਾਰ ਚਾਹੀਦੀ ਹੈ ਜਿਹਦੇ ਵੱਲ ਸਾਰੇ ਹੀ ਦੇਖ ਕੇ ਕਹਿਣ ਵਾਹ ਕਾਰ ਹੋਵੇ ਤੇ ਇਹਦੀ ਕਾਰ ਵਰਗੀ। ਤਨ ਦੀਆਂ ਲੋੜਾਂ ਜਦ ਮਨ ਦੀਆਂ ਲੋੜਾਂ ਬਣ ਜਾਂਦੀਆਂ ਹੈ ਉਦੋਂ ਮੁਸੀਬਤ ਖੜੀ ਹੁੰਦੀ ਹੈ, ਇਹਦਾ ਨਾਮ ਹੈ ਲਾਲਚ। ਔਰ ਜਦੋਂ ਕੋਈ ਮਨੁੱਖ ਇਹਨਾਂ ਲੋੜਾਂ ਦੇ ਪਿੱਛੇ ਪੈ ਜਾਂਦਾ ਹੈ ਉਦੋਂ ਉਸ ਮਨੁੱਖ ਦਾ ਜੀਵਨ ਸੁਖੀ ਨਹੀਂ ਦੁਖੀ ਹੁੰਦਾ ਹੈ, ਹੋਰ ਦੁਖੀ, ਹੋਰ ਦੁਖੀ, ਹੋਰ ਦੁਖੀ। ਇਸੇ ਕਰਕੇ ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ ਕਹਿੰਦੀ ਹੈ ਸਾਡੇ ਕੋਲ ਤਨ ਦੀਆਂ ਲੋੜਾਂ ਜੋਗਾ ਤੇ ਚਾਹੀਦਾ ਹੈ, ਨਾ ਇਦੋਂ ਘੱਟ ਤੇ ਨਾ ਵੱਧ। ਜੇ ਵੱਧ ਮਿਲ ਗਿਆ ਤਾਂ ਵੀ ਚਿੰਤਾ ਹੈ, ਜੇ ਘੱਟ ਮਿਲ ਗਿਆ ਤਾਂ ਵੀ ਭਟਕਣਾ ਹੈ। ਬੜੇ ਸੋਹਣੇ ਬਚਨ ਗੁਰਬਾਣੀ ਦੇ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੋਹੇਲਾ ਪਾਲੀ ਹੈ। ਜੇ ਜ਼ਿਆਦਾ ਆ ਗਿਆ ਹੈ ਤਾਂ ਵੀ ਬੰਦਾ ਦੁਖੀ ਹੈ, ਜੇ ਘੱਟ ਆ ਗਿਆ ਹੈ, ਹੁਣ ਤਨ ਦੀਆਂ ਲੋੜਾਂ ਹੀ ਪੂਰੀਆਂ ਨਹੀਂ ਹੋ ਰਹੀਆਂ ਤਾਂ ਵੀ ਬੰਦਾ ਦੁਖੀ ਹੈ। ਦੋਨਾਂ ਅਵਸਥਾ ਤੋਂ, ਦੋਹੋਂ ਵਿਵਸਥਾ ਦੇ ਜੋ ਮੁਕਤਾ, ਸੋਈ ਸੋਹੇਲਾ ਪਾਲੀਏ। ਇਹ ਪਰਮਾਤਮਾ ਸਾਡੇ ਤੇ ਐਸੀ ਕਿਰਪਾ ਕਰ, ਸਾਡੀਆਂ ਤਨ ਦੀਆਂ ਲੋੜਾਂ ਪਦਾਰਥਾਂ ਨਾਲ ਪੂਰੀਆਂ ਹੋਣਗੀਆਂ। ਮੈਂ ਫਿਰ ਅਰਜ਼ ਕਰਾਂ, ਤਨ ਦੀ ਲੋੜ ਸਭ ਤੋਂ ਵੱਡੀ ਭੋਜਨ ਹੈ, ਭੋਜਨ ਤੋਂ ਵੱਡੀ ਤਨ ਦੀ ਲੋੜ ਹੋਰ ਕੋਈ ਨਹੀਂ ਹੈ। ਆ ਕੋਈ ਪਸ਼ੂ ਪਕਸ਼ੀ ਕੱਪੜੇ ਥੋੜਾ ਪਹਿਨ ਕੇ ਰਹਿ ਰਹੇ ਨੇ, ਫਿਰ ਵੀ ਜਿਉਂ ਰਹੇ ਆ ਬਿਨਾਂ ਕੱਪੜਿਆਂ ਤੋਂ। ਆ ਕੋਈ ਪਸ਼ੂ ਪਕਸ਼ੀ ਕਾਰਾਂ ਮੋਟਰਾਂ ਤੇ ਥੋੜਾ ਚੱਲ ਰਹੇ ਆ, ਫਿਰ ਵੀ ਇਹਨਾਂ ਦਾ ਜੀਵਨ ਚੱਲ ਰਿਹਾ। ਹੋਰ ਚੀਜ਼ਾਂ ਤੋਂ ਬਿਨਾਂ ਮਨੁੱਖ ਜਿਉਂਦਾ ਰਹਿ ਸਕਦਾ ਹੈ, ਭੋਜਨ ਤੋਂ ਬਿਨਾਂ ਨਹੀਂ ਜਿਉਂਦਾ ਰਹਿ ਸਕਦਾ। ਔਰ ਮੈਂ ਅਰਜ਼ ਕਰਾਂ, ਜਿਤਨਾ ਭੋਜਨ ਇਸ ਮਨੁੱਖ ਨੂੰ ਚਾਹੀਦਾ ਹੈ ਪਰਮਾਤਮਾ ਨੇ ਉਸ ਤੋਂ ਜ਼ਿਆਦਾ ਭੋਜਨ ਇਸ ਲਈ ਪੈਦਾ ਕੀਤਾ ਹੋਇਆ ਹੈ, ਕੀਤਾ ਹੋਇਆ। ਗੁਰਬਾਣੀ ਦੇ ਵਚਨ ਹੈ,
ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਦਰਿਆ। ਉਸ ਪਰਮਾਤਮਾ ਨੇ ਪੱਥਰਾਂ ਦੇ ਵਿੱਚ ਵੀ ਜੀਵ ਜੰਤੂ ਪੈਦਾ ਕੀਤੇ ਔਰ ਪੱਥਰਾਂ ਦੇ ਵਿੱਚ ਵੀ ਉਹਨਾਂ ਲਈ ਭੋਜਨ ਰੱਖ ਦਿੱਤਾ ਹੈ। ਇੱਥੋਂ ਤੱਕ ਆਪ ਸੰਗਤ ਦੀ ਜਾਣਕਾਰੀ ਲਈ ਮੈਂ ਦੱਸਾਂ, ਰੂਸ ਨੇ ਇੱਕ ਕੋਸ਼ਿਸ਼ ਕੀਤੀ ਕਿ ਧਰਤੀ ਦੇ ਵਿੱਚ ਗਹਿਰਾ ਇੱਕ ਖੱਡਾ ਪੁੱਟ ਕੇ ਦੇਖਿਆ ਜਾਏ ਇਹ ਧਰਤੀ ਡੂੰਘੀ ਕਿੰਨੀ ਕੁ ਹੈ। ਜੇਕਰ ਇਸ ਧਰਤੀ ਦੇ ਵਿੱਚ ਇੱਕ ਛੇਕ ਕੀਤਾ ਜਾਏ ਕਿੰਨਾ ਅੱਗੇ ਜਾ ਕੇ ਉਹ ਛੇਕ ਨਿਕਲੇਗਾ ਇਹ ਦੇਖਿਆ ਜਾਏ। ਰੂਸ ਨੇ ਕੋਸ਼ਿਸ਼ ਕੀਤੀ, ਉਸ ਕੋਸ਼ਿਸ਼ ਦੇ ਵਿੱਚ ਕਰੀਬ ਉਹ 10 ਕਿਲੋਮੀਟਰ ਤੱਕ ਹੇਠਾਂ ਗਏ, ਇਸ ਤੋਂ ਅੱਗੇ ਨਹੀਂ ਜਾ ਸਕੇ। ਉਹਨਾਂ ਦੇ ਜੋ ਵਰਮੇ ਸੀ ਉਹ ਇਤਨੀ ਗਰਮੀ ਕੇ ਹੇਠਾਂ ਜਾ ਕੇ ਉਹਨਾਂ ਦੇ ਉਹ ਵਰਮੇ ਕੰਮ ਕਰਨਾ ਛੱਡ ਗਏ। ਪਰੰਤੂ ਉੱਥੇ ਵੀ ਵਿਗਿਆਨਿਕਾਂ ਨੇ ਦੇਖਿਆ ਕਿ ਇੱਥੋਂ 15 ਕਿਲੋਮੀਟਰ ਥੱਲੇ ਜਿਸ ਜਗ੍ਹਾ 'ਤੇ ਵਰਮੇ ਪੰਘਲ ਰਹੇ ਆ ਅੱਤ ਦੀ ਗਰਮੀ ਵਿੱਚ, ਉਸ ਜਗ੍ਹਾ 'ਤੇ ਵੀ ਕਈ ਜੀਵ ਜੰਤੂ ਰਹਿੰਦੇ ਆ ਔਰ ਉਹਨਾਂ ਜੀਵ ਜੰਤੂਆਂ ਦਾ ਭੋਜਨ ਵੀ ਪਰਮਾਤਮਾ ਨੇ ਉੱਥੇ ਪੈਦਾ ਕੀਤਾ ਹੋਇਆ। ਇਸ ਲਈ ਸਤਿਗੁਰੂ ਕਹਿੰਦੇ ਹੈ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਦਰਿਆ। ਉਹ ਰੂਸ ਵਾਲਿਆਂ ਨੂੰ ਉੱਥੇ ਕੰਮ ਬੰਦ ਕਰਨਾ ਪਿਆ, ਅੱਗੇ ਸਫਲ ਨਹੀਂ ਹੋ ਸਕੇ। ਔਰ ਮੈਂ ਹੈਰਾਨ ਰਹਿੰਦਾ ਹੈ ਕਿ ਇਹ ਵਿਗਿਆਨਿਕਾਂ ਨੇ ਤੇ ਹੁਣ ਦੇਖਿਆ ਕਿ ਹੇਠਾਂ ਜੀਵ ਰਹਿੰਦੇ ਆ ਇੰਨੇ ਗਹਿਰੇ ਗਏ ਨੇ, ਪਰ ਗੁਰੂ ਸਾਹਿਬਾਂ ਦੀ ਦ੍ਰਿਸ਼ਟੀ ਜ਼ਰਾ ਦੇਖੋ। ਗੁਰੂ ਸਾਹਿਬਾਂ ਨੇ ਅੱਜ ਤੋਂ ਕਈ 100 ਸਾਲ ਪਹਿਲਾਂ ਹੀ ਦੀਰਘ ਦ੍ਰਿਸ਼ਟੀ ਨਾਲ ਦੇਖ ਲਿਆ ਧਰਤੀ ਦੇ ਥੱਲੇ ਜੀਵ ਵੀ ਹੈ, ਉਹਨਾਂ ਜੀਵਾਂ ਲਈ ਉੱਥੇ ਭੋਜਨ ਹੈ। ਮੈਂ ਫਿਰ ਅਰਜ਼ ਕਰਾਂ, ਭੋਜਨ ਤਨ ਦੀ ਲੋੜ ਹੈ, ਭਜਨ ਮਨ ਦੀ ਲੋੜ ਹੈ। ਤਨ ਦੀ ਲੋੜ ਸਭ ਦੀ ਪੂਰੀ ਹੋ ਰਹੀ ਹੈ। ਕੋਈ ਇਸ ਧਰਤੀ 'ਤੇ ਐਸਾ ਜੀਵ ਨਹੀਂ ਮਿਲਦਾ ਜਿਸ ਨੂੰ ਭੋਜਨ ਨਾ ਮਿਲ ਰਿਹਾ ਹੋਵੇ। ਹਰ ਜੀਵ ਲਈ ਭੋਜਨ ਪਰਮਾਤਮਾ ਨੇ ਪੈਦਾ ਕੀਤਾ ਹੈ। ਭਜਨ ਸਾਨੂੰ ਗੁਰੂ ਤੋਂ ਹੀ ਮਿਲਣਾ ਹੈ, ਜਦੋਂ ਤੱਕ ਅਸੀਂ ਗੁਰੂ ਨੂੰ ਨਹੀਂ ਮਿਲਦੇ ਉਦੋਂ ਤੱਕ ਸਾਨੂੰ ਭਜਨ ਨਹੀਂ ਮਿਲੇਗਾ। ਹੁਣ ਮਨੁੱਖ ਦੇ ਕੋਲ ਭੋਜਨ ਤੇ ਹੈ, ਭੋਜਨ ਦੇ ਹੁੰਦਿਆਂ ਕਿਤੇ ਇਹ ਮਨੁੱਖ ਸੁਖੀ ਥੋੜਾ ਹੋ ਗਿਆ, ਨਹੀਂ ਸੁਖੀ ਹੋਇਆ। ਮਨੁੱਖ ਕਹਿੰਦਾ ਹੈ, ਮੈਂ ਦੁਖੀ ਇਸ ਕਰਕੇ ਹਾਂ, ਮੈਂ ਗਰੀਬ ਹਾਂ। ਪਰ ਮਾਫ ਕਰਨਾ, ਮਨੁੱਖ ਇਸ ਕਰਕੇ ਦੁਖੀ ਘੱਟ ਹੈ, ਮੈਂ ਗਰੀਬ ਹਾਂ। ਦੁਖੀ ਇਸ ਕਰਕੇ ਬਹੁਤ ਜ਼ਿਆਦਾ ਹੈ, ਮੇਰੀਆਂ ਤ੍ਰਿਸ਼ਨਾਵਾਂ ਬਹੁਤ ਵੱਡੀਆਂ, ਤ੍ਰਿਸ਼ਨਾਵਾਂ ਦੁਖੀ ਕਰਦੀਆਂ। ਮੈਨੂੰ ਅੱਜ ਵੀ ਇੱਕ ਗੱਲ ਯਾਦ ਆ ਗਈ, ਮੇਰੇ ਸਤਿਕਾਰਯੋਗ ਉਸਤਾਦ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਹੋਰਾਂ ਦੇ ਨਾਲ ਇੱਕ ਅੰਗਰੇਜ਼ ਰਹਿੰਦੇ ਸਨ, ਅੰਗਰੇਜ਼ਾਂ 'ਚੋਂ ਸਿੱਖ ਬਣੇ ਸੀ, ਕਥਾ ਵਾਚਕ ਬਣੇ ਸੀ। ਉਹਨਾਂ ਦਾ ਨਾਮ ਸੀ ਗਿਆਨੀ ਲੂ ਸਿੰਘ।
ਅੰਗਰੇਜ਼ ਸਨ, ਨਾਲ ਰਹਿੰਦੇ ਸਨ, ਅਮੈਰੀਕਨ ਸਨ, ਅਤੇ ਕਿਤੇ ਵੀ ਜਾਣਾ ਅਤੇ ਉੱਥੇ ਜਾ ਕੇ ਉਹਨਾਂ ਨੇ ਪੰਜਾਬੀ ਨਹੀਂ ਆਉਂਦੀ ਸੀ, ਅੰਗਰੇਜ਼ੀ 'ਚ ਕਥਾ ਕਰਦੇ ਸੀ। ਕਥਾ ਬਹੁਤ ਚੰਗੀ ਕਰਦੇ ਸਨ, ਪਰ ਸਮਝਦੇ ਸਿਰਫ ਉਹੀ ਲੋਕ ਸੀ ਉਹਨਾਂ ਦੀ ਕਥਾ ਨੂੰ ਜਿਨ੍ਹਾਂ ਨੂੰ ਅੰਗਰੇਜ਼ੀ ਆਉਂਦੀ ਹੁੰਦੀ ਸੀ, ਦੂਸਰੇ ਨਹੀਂ ਸਮਝ ਸਕਦੇ ਸੀ। ਇੱਕ ਦਿਨ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਕਿ ਸਾਡੇ ਅਮਰੀਕਾ 'ਚ ਤਾਂ ਕੋਈ ਇੰਨੀ ਗਰੀਬੀ ਨਹੀਂ ਹੈ, ਭਾਰਤ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਹੈ, ਔਰ ਮੈਂ ਜਾ ਕੇ ਦੇਖਣਾ ਚਾਹੁੰਦਾ ਹਾਂ ਭਾਰਤ ਦੇ ਲੋਕ ਗਰੀਬੀ ਕਰਕੇ ਕਿਤਨੇ ਦੁਖੀ ਹੈ ਜਾਂ ਕਿਤਨੇ ਸੁੱਖ ਹੈ। ਔਰ ਮਸਕੀਨ ਸਾਹਿਬ ਨੇ ਸਾਨੂੰ ਦੋ ਤਿੰਨ ਜਾਣਿਆਂ ਨੂੰ ਭੇਜ ਦਿੱਤਾ ਨਾਲ ਉਹਨਾਂ ਦੇ ਕਿ ਤੁਸੀਂ ਇਹਨਾਂ ਨੂੰ ਅੱਜ ਗਰੀਬਾਂ ਦੀਆਂ ਝੁੱਗੀਆਂ ਝੌਂਪੜੀਆਂ ਵਿਖਾ ਲਿਆਓ, ਦਿੱਲੀ ਦੀ ਗੱਲ। ਔਰ ਦਿੱਲੀ ਦੇ ਵਿੱਚ ਮੈਂ ਔਰ ਮੇਰੇ ਨਾਲ ਇੱਕ ਦੋ ਹੋਰ ਸੱਜਣ, ਅਸੀਂ ਉਹਨਾਂ ਨੂੰ ਲੈ ਕੇ ਗਰੀਬਾਂ ਦੀਆਂ ਝੁੱਗੀਆਂ ਝੌਂਪੜੀਆਂ 'ਚ ਚਲੇ ਗਏ। ਉੱਥੇ ਕਰੀਬ ਕਲਿਆਣਪੁਰੀ ਤਰਲੋਕਪੁਰੀ ਇਲਾਕਾ ਪੈਂਦਾ ਹੈ, ਉਸ ਪਾਸੇ ਵੱਲ ਉਹਨਾਂ ਨੂੰ ਲੈ ਗਏ। ਉੱਥੇ ਜਾ ਕੇ ਅਸੀਂ ਉਹਨਾਂ ਦੀਆਂ ਝੁੱਗੀਆਂ ਦੇ ਵਿੱਚ, ਕਿਉਂਕਿ ਆਪਣੇ ਖਾਲਸੇ ਹੈ, ਉਹ ਖਾਲਸੇ 1984 ਵਿੱਚ ਲੁੱਟ ਲਏ ਗਏ ਸੀ, ਬੜਾ ਨੁਕਸਾਨ ਹੋਇਆ ਸੀ, ਅਤੇ ਅਜੇ ਵੀ ਉਹ ਸੈੱਟ ਨਹੀਂ ਹੋਏ, ਝੁੱਗੀਆਂ ਝੌਂਪੜੀਆਂ 'ਚ ਹੀ ਰਹਿੰਦੇ ਨੇ, ਸ਼ਿਕਲੀਗੜ੍ਹ ਕਹਿੰਦੇ ਆ ਉਹਨਾਂ ਨੂੰ, ਸਿੱਖੀ ਵਿੱਚ ਬੜੇ ਪੱਕੇ ਨੇ ਵੈਸੇ। ਉਹਨਾਂ ਦੀਆਂ ਉਹ ਝੁੱਗੀਆਂ ਝੌਂਪੜੀਆਂ ਵੱਲ ਗਏ, ਉੱਥੇ ਜਾ ਕੇ ਦੇਖਿਆ ਉਹਨਾਂ ਦੇ ਕੋਲ ਭੋਜਨ ਤਾਂ ਥੋੜ੍ਹਾ ਹੈ, ਤਨ ਦੇ ਕੱਪੜੇ ਤਾਂ ਥੋੜ੍ਹੇ ਹੈ, ਉਹਨਾਂ ਦੇ ਕੋਲ ਪੈਸੇ ਤਾਂ ਘੱਟ ਹੈ, ਪਰ ਉਹਨਾਂ ਦੇ ਕੋਲ ਪਿਆਰ ਬਹੁਤ, ਉਹਨਾਂ ਦੇ ਕੋਲ ਸਹਿਜ ਬਹੁਤ, ਉਹਨਾਂ ਦੇ ਚਿਹਰਿਆਂ 'ਤੇ ਜੋ ਹਾਸਾ ਅਤੇ ਬੇਪਰਵਾਹੀ ਮਿਲੀ। ਲੂ ਸਿੰਘ ਵੀ ਕਹਿੰਦਾ ਹੈ, ਅੱਜ ਮੈਨੂੰ ਸਮਝ ਆ ਗਈ ਹੈ, ਖੁਸ਼ੀ ਦਾ ਸੰਬੰਧ ਧਨ ਦੇ ਨਾਲ ਨਹੀਂ ਹੈ, ਖੁਸ਼ੀ ਦਾ ਸੰਬੰਧ ਮਨ ਦੇ ਨਾਲ ਹੈ। ਜਿਸ ਮਨੁੱਖ ਦਾ ਮਨ ਖੁਸ਼ ਹੈ, ਉਹ ਔਖੇ ਤੋਂ ਔਖੇ ਹਾਲਾਤਾਂ 'ਚ ਵੀ ਖੁਸ਼ ਰਹਿੰਦਾ ਹੈ, ਔਰ ਜਿਸ ਮਨੁੱਖ ਦਾ ਮਨ ਖੁਸ਼ ਨਹੀਂ ਹੈ, ਉਹ ਮਨੁੱਖ ਤਾਂ ਕਿੰਨੇ ਵੀ ਜ਼ਿਆਦਾ ਵੱਡੇ ਮਹਿਲਾਂ 'ਚ ਕਿਉਂ ਨਾ ਬੈਠਾ ਹੋਵੇ, ਮਹਿਲਾਂ 'ਚ ਵੀ ਦੁਖੀ ਰਹਿੰਦਾ ਹੈ, ਮਨ ਖੁਸ਼ ਨਹੀਂ ਹੈ। ਲਗਭਗ ਜਿਤਨੇ ਵੀ ਸਿਊਸਾਈਡ ਕਰਦੇ ਹੈ ਲੋਕ, ਇਹ ਸਾਰੇ ਤਨ ਦੇ ਗਰੀਬ ਘੱਟ ਕਰਦੇ ਹੈ, ਮਨ ਦੇ ਗਰੀਬ ਜ਼ਿਆਦਾ ਕਰਦੇ ਹੈ। ਤਨ ਦਾ ਗਰੀਬ ਉਹ ਜਿਹਦੇ ਕੋਲ ਖਾਣ ਲਈ ਭੋਜਨ ਘੱਟ ਹੈ, ਮਨ ਦਾ ਗਰੀਬ ਉਹ ਜਿਹਦੇ ਕੋਲ ਭਜਨ ਘੱਟ ਹੈ, ਭੋਜਨ ਤੇ ਬਹੁਤ ਹੈ, ਕਾਰਾਂ ਤੇ ਵੱਡੀਆਂ ਹੈ, ਕੋਠੀਆਂ ਤੇ ਵੱਡੀਆਂ ਹੈ, ਬਿਜ਼ਨਸ ਤੇ ਕਰੋੜਾਂ ਦਾ ਹੈ, ਭੋਜਨ ਤੇ ਬਹੁਤ ਪਰ ਭਜਨ ਘੱਟ, ਮਨ ਦਾ ਗਰੀਬ, ਭੋਜਨ ਘੱਟ ਤਨ ਦਾ ਗਰੀਬ। ਮੈਨੂੰ ਇੱਥੇ ਇੱਕ ਗੱਲ ਯਾਦ ਆ ਗਈ, ਮੈਂ ਆਪ ਜੀ ਨਾਲ ਸਾਂਝੀ ਕਰਾਂ। ਮਹਾਰਾਜਾ ਰਣਜੀਤ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਆਏ,
ਔਰ ਆਉਂਦਿਆਂ ਨੂੰ ਭਾਈ ਸੰਤ ਸਿੰਘ ਜੀ ਕੀਰਤਨ ਕਰ ਰਹੇ ਸਨ। ਹੁਣ ਇਤਨਾ ਭਿੱਜ ਕੇ ਕੀਰਤਨ ਕੀਤਾ ਭਾਈ ਸੰਤ ਸਿੰਘ ਜੀ ਨੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ, ਮਹਾਰਾਜਾ ਰਣਜੀਤ ਸਿੰਘ ਵਾਹ ਵਾਹ ਕਰ ਉੱਠਿਆ, ਵਾਹ। ਜੈਸਾ ਕੀਰਤਨ ਅੱਜ ਸੁਣਿਆ, ਐਸਾ ਕੀਰਤਨ ਮੈਂ ਕਦੇ ਵੀ ਨਹੀਂ ਸੁਣਿਆ ਸੀ, ਭਾਈ ਸੰਤ ਸਿੰਘ ਤੋਂ ਕੀਰਤਨ ਸੁਣਿਆ। ਹੁਣ ਕੀਰਤਨ ਸਮਾਪਤੀ ਹੋਈ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਭਾਈ ਸੰਤ ਸਿੰਘ ਜੀ ਦੀ ਬਾਕੀਆਂ ਦੇ ਵਿੱਚ ਸਿਫਤ ਕਰਨ ਲੱਗ ਗਿਆ ਕਿ ਜੈਸਾ ਕੀਰਤਨ ਭਾਈ ਸੰਤ ਸਿੰਘ ਜੀ ਕਰਦੇ ਹੈ, ਐਸਾ ਕੀਰਤਨ ਹੋਰ ਕਿਸੇ ਤੋਂ ਸੁਣਨ ਨੂੰ ਨਹੀਂ ਮਿਲਦਾ। ਤੇ ਲਾਗੋ ਹੀ ਇੱਕ ਸਾਥੀ ਕਹਿੰਦਾ, ਕੀਰਤਨ ਤੇ ਬਹੁਤ ਸੁੰਦਰ ਹੈ ਪਰ ਗਰੀਬੀ ਵੀ ਅੱਤ ਦੀ ਵਿੱਚ ਰਹਿੰਦੇ ਨੇ, ਅੱਤ ਦੀ ਗਰੀਬੀ 'ਚ। ਇੱਥੋਂ ਤੱਕ ਕਿ ਘਰ ਉਹਨਾਂ ਦੇ ਰੋਟੀ ਪਕਾਉਣ ਵਾਲਾ ਤਵਾ ਵੀ ਨਹੀਂ ਹੈਗਾ, ਟੁੱਟੇ ਘੜੇ ਨੂੰ ਉਹਨਾਂ ਨੇ ਤਵਾ ਬਣਾਇਆ ਹੋਇਆ, ਉਹਦੇ ਉੱਤੇ ਰੋਟੀ ਪਕਾਉਂਦੇ ਆ। ਹੁਣ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਕਿ ਉਹਨਾਂ ਨੂੰ ਮੇਰੇ ਦਰਬਾਰ ਦੇ ਵਿੱਚ ਬੁਲਾਓ, ਮੈਂ ਉਹਨਾਂ ਨੂੰ ਇੰਨਾ ਦਾਨ ਦੇਵਾਂਗਾ, ਅੱਜ ਤੋਂ ਬਾਅਦ ਉਹਨਾਂ ਦੀ ਗਰੀਬੀ ਖਤਮ, ਇੰਨਾ ਕੁਝ ਦੇਵਾਂਗਾ, ਤੁਸੀਂ ਉਹਨਾਂ ਨੂੰ ਬੁਲਾਓ। ਹੁਣ ਬਥੇਰੇ ਸੁਨੇਹੇ ਭੇਜੇ ਭਾਈ ਸੰਤ ਸਿੰਘ ਜੀ ਨੂੰ ਕਿ ਮਹਾਰਾਜਾ ਰਣਜੀਤ ਸਿੰਘ ਤੁਹਾਨੂੰ ਇਨਾਮ ਦੇਣਾ ਚਾਹੁੰਦੇ ਹੈ, ਜਗੀਰ ਦੇਣਾ ਚਾਹੁੰਦੇ ਹੈ, ਤੁਸੀਂ ਮਹਾਰਾਜਾ ਰਣਜੀਤ ਸਿੰਘ ਕੋਲ ਜਾਓ। ਪਰ ਭਾਈ ਸੰਤ ਸਿੰਘ ਨੇ ਇਹ ਕਹਿੰਦਿਆਂ ਹੋਇਆ ਮਨਾ ਕਰ ਦਿੱਤਾ, ਮੈਨੂੰ ਜੋ ਜਗੀਰ ਮੇਰੇ ਗੁਰੂ ਰਾਮਦਾਸ ਨੇ ਦਿੱਤੀ ਹੈ, ਇਸ ਨੂੰ ਵੱਡੀ ਜਗੀਰ ਹੋਰ ਕੋਈ ਨਹੀਂ ਹੋ ਸਕਦੀ। ਮੈਨੂੰ ਗੁਰੂ ਰਾਮਦਾਸ ਜੀ ਦੇ ਦਰ ਤੇ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਇਹ ਤਾਕਤ ਮਿਲ ਗਈ ਹੈ, ਇਹ ਮੌਕਾ ਮਿਲਿਆ, ਮੈਂ ਇਹ ਛੱਡ ਕੇ ਕਿਸੇ ਰਾਜੇ ਦੇ ਦਰ ਤੇ ਨਹੀਂ ਜਾਵਾਂਗਾ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਖੁਦ ਚੱਲ ਕੇ ਸੰਤ ਸਿੰਘ ਦੇ ਘਰ ਪਹੁੰਚੇ। ਸੰਤ ਸਿੰਘ, ਲੈ ਪਤਾ ਚੱਲਿਆ ਤੇਰੇ ਦਰ ਤੇ ਮੁਖਲਸੀ ਬਹੁਤ ਹੈ, ਗਰੀਬੀ ਬਹੁਤ ਹੈ, ਲੈ ਜਿਤਨਾ ਚਾਹੁੰਦਾ ਹੈ ਮੈਂ ਉਤਨਾ ਦੇ ਦਿੰਦਾ, ਲੈ ਲੈ। ਔਰ ਅੱਗੋਂ ਭਾਈ ਸੰਤ ਸਿੰਘ ਜੀ ਕਹਿੰਦੇ, ਰਣਜੀਤ ਸਿਆ, ਜਿਸ ਦਾ ਹੱਥ ਗੁਰੂ ਰਾਮਦਾਸ ਜੀ ਦੇ ਦਰ ਤੇ ਅੱਡਿਆ ਜਾਏ, ਉਹ ਫਿਰ ਹੋਰ ਦਰ ਦਰ ਦੇ ਹੱਥ ਨਹੀਂ ਅੱਡਦਾ। ਮੈਂ ਜੋ ਲੈਣਾ ਹੈ ਗੁਰੂ ਰਾਮਦਾਸ ਜੀ ਤੋਂ ਲਵਾਂਗਾ, ਔਰ ਗੁਰੂ ਰਾਮਦਾਸ ਜੀ ਨੂੰ ਮੇਰੀਆਂ ਸਾਰੀਆਂ ਹੀ ਲੋੜਾਂ ਦਾ ਪਤਾ ਹੈ, ਮੈਨੂੰ ਕੀ ਚਾਹੀਦਾ। ਮੈਂ ਫਿਰ ਅਰਜ਼ ਕਰਾਂ, ਤਨ ਦਾ ਗਰੀਬ ਗਰੀਬ ਨਹੀਂ ਹੈ, ਮਨ ਦਾ ਗਰੀਬ ਗਰੀਬ ਹੈ, ਔਰ ਜੋ ਮਨ ਦੇ ਗਰੀਬ ਨੇ ਮਾਫ ਕਰਨਾ, ਉਹ ਕਰੋੜਪਤੀ ਹੁੰਦਿਆਂ ਹੋਇਆਂ ਵੀ ਬੇਈਮਾਨੀਆਂ ਕਰਦੇ ਆ, ਉਹਨਾਂ ਦੇ ਕੋਲ ਕਿਤਨਾ ਵੀ ਧਨ ਕਿਉਂ ਨਾ ਆ ਜਾਵੇ, ਫਿਰ ਵੀ ਉਹਨਾਂ ਦਾ ਮਨ ਨਹੀਂ ਰਚਦਾ, ਜੋੜੀ ਜਾਂਦੇ ਆ, ਜੋੜੀ ਜਾਂਦੇ ਆ, ਜੋੜੀ ਜਾਂਦੇ।
ਔਰ ਇਸ ਕਰਕੇ ਤਨ ਦਾ ਦੁਖੀ ਬਹੁਤ ਜ਼ਿਆਦਾ ਦੁਖੀ ਨਹੀਂ ਹੈ, ਮਨ ਦਾ ਦੁਖੀ ਜ਼ਿਆਦਾ ਦੁਖੀ ਹੈ। ਤਨ ਦੇ ਸੁੱਖ ਪਦਾਰਥਾਂ ਨਾਲ ਮਿਲਦੇ ਹੈ, ਮਨ ਦੇ ਸੁੱਖ ਪਰਮਾਤਮਾ ਦੇ ਨਾਮ ਨਾਲ ਗੁਰਬਾਣੀ ਨਾਲ ਮਿਲਦੇ ਹੈ। ਤਨ ਦੇ ਸੁੱਖ ਪੈਸੇ ਹੁਣ ਖਰੀਦ ਲਓਗੇ, ਪੈਸੇ ਕੋਲ ਹੈ, ਕਾਰ ਖਰੀਦੀ ਜਾ ਸਕਦੀ ਹੈ, ਪਰ ਪੈਸਿਆਂ ਦੇ ਨਾਲ ਸ਼ਾਂਤੀ ਨਹੀਂ ਖਰੀਦੀ ਜਾ ਸਕਦੀ। ਪੈਸੇ ਕੋਲ ਹੈ, ਘਰ ਦੇ ਵਿੱਚ ਸੋਹਣਾ ਏਸੀ ਲੱਗ ਸਕਦਾ ਹੈ, ਪਰ ਮਨ ਦਾ ਆਨੰਦ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ। ਪੈਸੇ ਕੋਲ ਨਹੀਂ, ਦੁਨੀਆਂ 'ਚ ਕਿਸ ਤਰ੍ਹਾਂ ਰਹਿਣਾ, ਇਹਦੀ ਚਿੰਤਾ ਤੇ ਖਤਮ ਹੋ ਜਾਂਦੀ ਹੈ। ਪਰ ਜਿੰਨਾ ਚਿਰ ਤੱਕ ਸਿਮਰਨ ਕੋਲ ਨਹੀਂ ਹੈ, ਉਨੇ ਚਿਰ ਤੱਕ ਜੀਵਨ ਕਿਵੇਂ ਆਨੰਦਤ ਬਤੀਤ ਕਰਨਾ, ਇਹ ਔਖਾ ਹੈ। ਇਸੇ ਲਈ ਸਤਿਗੁਰੂ ਗੁਰਬਾਣੀ ਵਿੱਚ ਕਹਿੰਦੇ ਹੈ, ਜੇ ਤੂੰ ਆਨੰਦਤ ਰਹਿਣਾ ਹੈ ਤੇ ਬਸ ਗੁਰੂ ਤੋਂ ਇੱਕ ਚੀਜ਼ ਸਿੱਖ ਲੈ। ਉਹ ਕਿਹੜੀ ਚੀਜ਼? ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਤਨ ਦੇ ਦੁੱਖ ਤਾਂ ਤੈਨੂੰ ਮਿਲਣ, ਪਰ ਮਨ ਕਰਕੇ ਤੂੰ ਦੁਖੀ ਨਾ ਹੋਵੇਂ, ਮਨ ਕਰਕੇ ਤੂੰ ਸੁੱਖ ਔਰ ਆਨੰਦ ਰਵੇਂ, ਤਾਂ ਤੇਰੀ ਗੱਲ ਬਣ ਜਾਏਗੀ। ਇਹਨੂੰ ਆਪਾਂ ਇਸ ਤਰ੍ਹਾਂ ਹੀ ਦੇਖੀਏ। ਇੱਕ ਡਾਕਟਰ ਸਾਡੇ ਘਰ ਦੇ ਵਿੱਚ ਇੱਕ ਬੰਦਾ ਮਰ ਜਾਵੇ ਤੇ ਬੜੇ ਦੁਖੀ ਹੋਈਦਾ, ਸਾਰੇ ਰੋਂਦੇ ਆ, ਸਾਰੇ ਚਲਾਉਂਦੇ ਆ। ਹੁਣ ਡਾਕਟਰ ਦੇ ਹਸਪਤਾਲ ਦੇ ਵਿੱਚ ਜਦੋਂ ਕੋਈ ਮਰਦਾ ਹੈ ਤੇ ਉਹ ਆਪਾ ਨਹੀਂ ਖੋਂਦਾ, ਜੇਕਰ ਡਾਕਟਰ ਆਪਾ ਖੋ ਦੇਵੇ ਤਾਂ ਉੱਥੇ ਕਈ ਹੋਰ ਮੌਤਾਂ ਹੋ ਜਾਣਗੀਆਂ, ਡਾਕਟਰ ਆਪਾ ਨਹੀਂ ਖੋਂਦੇ। ਸਿਆਣਾ ਡਰਾਈਵਰ ਕਿਤੇ ਐਕਸੀਡੈਂਟ ਹੋਣ ਦੀ ਸਥਿਤੀ ਬਣ ਜਾਵੇ, ਉਹ ਸਿਆਣਾ ਡਰਾਈਵਰ ਆਪਾਂ ਨਹੀਂ ਖੋਂਦਾ, ਉਹ ਬੜੀ ਧੀਰਜ ਦੇ ਨਾਲ ਕੰਮ ਨਿਪਟਾਉਂਦਾ ਹੈ। ਐਤਕੀ ਵਿਸਾਖੀ 'ਤੇ ਮੈਂ ਇੱਥੋਂ ਜਾ ਰਿਹਾ ਸੀ ਰਾਮਪੁਰ ਯੂਪੀ ਦੇ ਵਿੱਚ, ਕਰੀਬ ਸਵੇਰੇ 7:15 ਦਾ ਸਮਾਂ ਸੀ। ਸਾਡੀ ਟ੍ਰੇਨ ਅਜੇ ਰਾਮਪੁਰ ਤੋਂ ਲਗਭਗ 1-2 ਕਿਲੋਮੀਟਰ ਪਿੱਛੇ ਸੀ। ਅਚਾਨਕ ਉਹ ਟ੍ਰੇਨ ਪਲਟਣੀ ਸ਼ੁਰੂ ਹੋ ਗਈ। ਮੈਂ ਵੀ ਉਸੇ ਟ੍ਰੇਨ 'ਚ ਸੀ, ਵਿਸਾਖੀ ਤੋਂ 2-3 ਦਿਨ ਪਹਿਲੇ ਦੀ ਗੱਲ, ਰਾਜਾ ਰਾਣੀ ਟ੍ਰੇਨ ਪਲਟਣੀ ਸ਼ੁਰੂ ਹੋ ਗਈ ਪਲਟਣੀ। ਪਰੰਤੂ ਉਸ ਡਰਾਈਵਰ ਨੇ ਬਿਲਕੁਲ ਨਹੀਂ ਘਬਰਾਇਆ, ਬਿਲਕੁਲ ਨਹੀਂ ਡੋਲਿਆ। ਉਸਨੇ ਇਸ ਤਰੀਕੇ ਦੇ ਨਾਲ ਟ੍ਰੇਨ ਨੂੰ ਪਲਟਣ ਦਿੱਤਾ ਕਿ ਪਲਟਣੀ ਤੇ ਹੁਣ ਹੈ ਆ, ਰੋਕੀ ਤੇ ਨਹੀਂ ਜਾ ਸਕਦੀ, ਪਰ ਹੁਣ ਇਹਨੂੰ ਪਲਟਾਓ ਇਸ ਤਰ੍ਹਾਂ ਕਿ ਇਹਦੇ ਵਿੱਚ ਕਿਸੇ ਬੰਦੇ ਦਾ ਨੁਕਸਾਨ ਨਾ ਹੋਵੇ। ਟ੍ਰੇਨ ਟੁੱਟ ਗਈ, ਲਗਭਗ ਉਸ ਦੀਆਂ 6-7 ਬੋਗੀ ਹੇਠਾਂ ਚਲੀਆਂ ਗਈਆਂ, ਪਰੰਤੂ ਇੰਨਾ ਹੋਣ ਤੋਂ ਬਾਅਦ ਵੀ ਰੱਬ ਦੀ ਕਿਰਪਾ ਨਾਲ ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਸੱਟਾਂ ਨਹੀਂ ਲੱਗੀਆਂ, ਸਿਰਫ 15-20 ਬੰਦਿਆਂ ਨੂੰ ਮਾੜੀਆਂ ਮੋਟੀਆਂ ਚੋਟਾਂ ਆਈਆਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ,
ਬੰਦੇ ਦੇ ਕੋਲ ਬਾਹਰ ਦੀਆਂ ਸਥਿਤੀਆਂ ਤੇ ਔਖੀਆਂ ਹੋ ਜਾਣ ਪਰ ਅੰਦਰ ਉਸਦੇ ਆਨੰਦ ਬਣਿਆ ਰਹੇ, ਅੰਦਰ ਸਿਆਣਪ ਬਣੀ ਰਹੇ। ਮਤਲਬ ਆਪਾ ਨਾ ਖੋਵੇ। ਗੁਰਬਾਣੀ ਕਹਿੰਦੀ ਹੈ ਜਿਹੜਾ ਬੰਦਾ ਆਪਾ ਨਹੀਂ ਖੋਦਾ, ਸੁੱਖ ਸਨੇਹ ਅਰ ਭੈ ਨਹੀਂ ਜਾਂਦੇ, ਸੁੱਖ ਦੇ ਵਿੱਚ ਸੁੱਖਾਂ ਦੇ ਨਾਲ ਹੀ ਪਿਆਰ ਲਗਾ ਲੈਣਾ, ਇਹ ਜਿਸ ਬੰਦੇ ਕੋਲ ਨਹੀਂ ਹੈ। ਭੈ ਨਹੀਂ ਜਾਂਦੇ, ਔਰ ਜਿਸ ਬੰਦੇ ਦੇ ਕੋਲ ਭੈ ਵੀ ਨਹੀਂ ਹੈ, ਇਹਦੀ ਬੜੀ ਵੱਡੀ ਉਦਾਹਰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਤੋਂ ਸਿੱਖਣ ਨੂੰ ਮਿਲਦੀ ਹੈ। ਅਨੰਦਪੁਰ ਸਾਹਿਬ ਨੇ ਬੜੇ ਸੁੱਖ ਹੈ, ਕਿਸੇ ਪਾਸੇ ਹਾਥੀ ਝੂਮ ਰਹੇ ਹੈ, ਚਾਰੇ ਸਾਹਿਬਜ਼ਾਦੇ ਖੇਲ ਰਹੇ ਹੈ, ਗੁਰਸਿੱਖ ਉੱਪਰ ਚਮਰ ਕਰ ਰਹੇ ਹੈ, ਸੋਨੇ ਦਾ ਜਿਹੜਾ ਸਿੰਘਾਸਨ ਹੈ ਉਸ ਤੇ ਬੈਠੇ, ਬੜੇ ਸੁੱਖ ਨੇ ਉਸ ਜਗ੍ਹਾ ਤੇ ਅਨੰਦਪੁਰ ਸਾਹਿਬ ਵਿੱਚ। ਔਰ ਉਸ ਤੇ ਨਾਲ ਹੀ ਸਤਿਗੁਰਾਂ ਨੂੰ ਮੁਗਲਾਂ ਦੇ ਸੁਨੇਹੇ ਵੀ ਆਉਂਦੇ ਹੈ। ਸਾਡੀ ਗੱਲ ਮੰਨ ਲਵੋ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਉਸ ਤਰ੍ਹਾਂ ਕਰੋ ਸੁਖੀ ਰਹੋਗੇ, ਇਹ ਸੁੱਖ ਬਣੇ ਰਹਿਣਗੇ। ਬਸ ਸਾਡਾ ਧਰਮ ਕਬੂਲ ਕਰ ਲਓ, ਸਾਡੇ ਮੁਤਾਬਕ ਚੱਲੋ, ਕੋਈ ਦੁੱਖ ਨਹੀਂ ਆਏਗਾ, ਤੁਹਾਡਾ ਆਨੰਦਪੁਰ ਸਾਹਿਬ ਇਸੇ ਤਰ੍ਹਾਂ ਵਸਿਆ ਰਹੇਗਾ, ਤੁਹਾਡੇ ਹਾਥੀ ਏਦਾਂ ਹੀ ਝੂਮਦੇ ਰਹਿਣਗੇ, ਤੁਹਾਡੇ ਤੇ ਚਵਰ ਏਦਾਂ ਹੀ ਹੁੰਦੀ ਰਹੇਗੀ, ਸਾਰਾ ਕੁਝ ਤੁਸੀਂ ਇਸੇ ਤਰ੍ਹਾਂ ਰਹੇਗਾ। ਬਸ ਸਾਡੀ ਈਨ ਹੀ ਤੇ ਮੰਨਣੀ ਹੈ, ਸਾਡੇ ਨਾਲ ਮਿਲ ਕੇ ਹੀ ਤੇ ਚੱਲਣਾ ਹੈ। ਇਹ ਸੁਨੇਹੇ ਭੇਜ ਰਹੇ ਨੇ ਔਰੰਗਜ਼ੇਬ ਦੇ ਅਹਿਲਕਾਰ, ਇਹ ਸੁਨੇਹੇ ਭੇਜ ਰਿਹਾ ਹੈ ਸਤਿਗੁਰਾਂ ਨੂੰ ਵਜ਼ੀਰ ਖਾਨ। ਤੇ ਸਤਿਗੁਰੂ ਜੀ ਅੱਗੋਂ ਕਹਿੰਦੇ ਹੈ, ਵਜ਼ੀਰ ਖਾਨ ਮੈਂ ਉਸ ਕਮਲ ਵਰਗਾ ਹਾਂ ਜਿਹੜਾ ਕਮਲ ਰਹਿੰਦਾ ਤੇ ਪਾਣੀ ਦੇ ਚਿੱਕੜ ਦੇ ਵਿੱਚ ਹੈ, ਪਰ ਚਿੱਕੜ ਵਿੱਚ ਰਹਿੰਦਿਆਂ ਵੀ ਉਹਦਾ ਪਿਆਰ ਚਿੱਕੜ ਦੇ ਨਾਲ ਨਹੀਂ ਹੁੰਦਾ। ਮੇਰੀ ਅਵਸਥਾ ਇਹ ਹੈ, ਇਹ ਜਿਹੜੇ ਸੁੱਖ ਮਿਲ ਰਹੇ ਨੇ ਇਹ ਸੁੱਖ ਮੇਰੇ ਲਈ ਐਵੇਂ ਹੀ ਹੈ ਜਿਸ ਤਰ੍ਹਾਂ ਪਾਣੀ ਦੇ ਵਿੱਚ ਬੇੜੀ ਹੁੰਦੀ ਹੈ। ਹੁਣ ਪਾਣੀ ਦੇ ਵਿੱਚ ਬੇੜੀ ਪਈ ਹੈ ਤੇ ਉਹ ਬੇੜੀ ਕਿਤੇ ਪਾਣੀ 'ਚ ਡੁੱਬਦੀ ਥੋੜ੍ਹਾ ਹੈ, ਜਦੋਂ ਤੱਕ ਪਾਣੀ 'ਤੇ ਤੈਰ ਰਹੀ ਹੈ ਉਦੋਂ ਤੱਕ ਹੀ ਬੇੜੀ ਹੈ। ਇਹ ਜਿਹੜੇ ਸੁੱਖ ਨੇ ਇਹ ਸੁੱਖਾਂ ਦੇ ਨਾਲ ਮੇਰਾ ਮੋਹ ਨਹੀਂ ਹੈ, ਇਹ ਸੁੱਖ ਮੈਨੂੰ ਜਦੋਂ ਵੀ ਛੱਡਣੇ ਪੈਣਗੇ ਮੈਂ ਛੱਡ ਦੇਵਾਂਗਾ, ਇਹਨਾਂ ਸੁੱਖਾਂ ਦੀ ਕੋਈ ਬਹੁਤ ਜ਼ਿਆਦਾ ਮੈਨੂੰ ਪਰਵਾਹ ਨਹੀਂ ਹੈ। ਮੈਨੂੰ ਪਰਵਾਹ ਹੈ ਤਾਂ ਪਰਮਾਤਮਾ ਦੀ ਪਰਵਾਹ ਹੈ, ਪਦਾਰਥਾਂ ਦੀ ਪਰਵਾਹ ਮੈਂ ਨਹੀਂ ਕਰਦਾ। ਔਰ ਜੇ ਕਿਤੇ ਇਹ ਸਾਰੇ ਦੇ ਸਾਰੇ ਸੁੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛੱਡੇ, ਆਨੰਦਪੁਰ ਸਾਹਿਬ ਉਜੜਿਆ, ਸਤਿਗੁਰੂ ਜੀ ਉੱਥੋਂ ਚੱਲੇ ਹੈ ਤੇ ਸਤਿਗੁਰੂ ਕੋਈ ਉਸ ਵੇਲੇ ਅੱਖਾਂ 'ਚ ਅੰਸੂ ਲੈ ਕੇ ਰੋਏ ਥੋੜ੍ਹੀ ਹੈ, ਫਿਰ ਵੀ ਪਰਮਾਤਮਾ ਦੇ ਸ਼ੁਕਰ ਦੇ ਵਿੱਚ ਸਤਿਗੁਰੂ ਜੀ ਬੈਠੇ ਹੋਏ। ਐ ਪਰਮਾਤਮਾ ਜੋ ਤੂੰ ਦੇ ਸੋਹੀ ਚੰਗਾ, ਜੋ ਤੁਧ ਭਾਵੈ ਸਾਈ ਭਲੀ ਕਾਰ,
ਜੋ ਤੈਨੂੰ ਚੰਗਾ ਲੱਗਦਾ ਹੈ ਪਰਮਾਤਮਾ ਉਹੋ ਹੀ ਸਾਡੇ ਲਈ ਚੰਗਾ ਹੈ। ਅਨੰਦਪੁਰ ਸਾਹਿਬ ਛੱਡਿਆ ਹੈ ਤਾਂ ਵੀ ਦੁਖੀ ਨਹੀਂ ਹੈ। ਜੇ ਕਿਤੇ ਚਮਕੌਰ ਸਾਹਿਬ ਦੇ ਮੈਦਾਨ ਵਿੱਚ ਕਲਗੀਧਰ ਪਾਤਸ਼ਾਹ ਜੀ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਦੋਵੇਂ ਪੁੱਤਰ ਸ਼ਹੀਦ ਹੋ ਰਹੇ ਆ ਤੇ ਕਿਤੇ ਕਲਗੀਧਰ ਪਾਤਸ਼ਾਹ ਰੋਏ ਥੋੜ੍ਹੀ ਹੈ, ਫਿਰ ਵੀ ਪਰਮਾਤਮਾ ਦੇ ਸਬਰ ਔਰ ਸ਼ੁਕਰ ਦੇ ਵਿੱਚ ਬੈਠੇ। ਇਹ ਪਰਮਾਤਮਾ ਜਿੰਨੀ ਤੋਂ ਇਹਨਾਂ ਦੀ ਲਿਖੀ ਸੀ ਓਨੀ ਭੋਗ ਲਈ, ਤੇਰਾ ਸ਼ੁਕਰ ਹੈ ਇਹ ਤੇਰੇ ਸਨ ਤੇਰੇ ਹੀ ਕੋਲ ਆ ਗਏ, ਤੇਰਾ ਸਤਿਗੁਰਾ ਸ਼ੁਕਰ ਹੈ। ਕਿਤੇ ਅਨੰਦਪੁਰ ਸਾਹਿਬ ਵਿੱਚ ਮਖਮਲੀ ਸੇਜਾਂ ਤੇ ਸੌਣ ਵਾਲੇ ਕਲਗੀਧਰ ਪਾਤਸ਼ਾਹ ਅੱਜ ਚਮਕੌਰ ਤੋਂ ਨਿਕਲ ਕੇ ਜਾ ਕੇ ਮਾਛੀਵਾੜੇ ਜੰਗਲ ਦੇ ਵਿੱਚ ਸੁੱਤੇ ਹੈ ਇੱਟ ਦਾ ਸਰਾਣਾ ਲਾ ਕੇ। ਕਿਸੇ ਸਮੇਂ ਸੋਹਣੇ ਜੋੜੇ ਪੈਰਾਂ ਵਿੱਚ ਸੋਹਣਾ ਘੋੜਾ ਕੋਲ ਹੁੰਦਾ ਹੈ, ਅੱਜ ਕਲਗੀਧਰ ਪਾਤਸ਼ਾਹ ਜੀ ਦੇ ਪੈਰਾਂ 'ਚ ਜੋੜਾ ਵੀ ਨਹੀਂ ਹੈ। ਇੱਥੋਂ ਤੱਕ ਪੈਰਾਂ ਦੇ ਵਿੱਚੋਂ ਖੂਨ ਵਗ ਰਿਹਾ ਹੈ, ਕੱਪੜੇ ਫਟੇ ਹੋਏ ਹੈ, ਤੇ ਫਿਰ ਵੀ ਸਤਿਗੁਰੂ ਕੋਈ ਉਸ ਪਰਮਾਤਮਾ ਨੂੰ ਉਲਾਂਭਾ ਨਹੀਂ ਦੇ ਰਿਹਾ।